ਸਾਨੂੰ ਟਾਈਮ ਦਿੱਤਾ ਜੀ ਲੇਕਿਨ ਇੱਕ ਮਹੀਨੇ ਦਾ ਟਾਈਮ ਹੀ ਸਾਡਾ ਜਿਹੜਾ ਉਹੀ ਟਾਈਮ ਦਿੱਤਾ ਲੇਕਿਨ ਇਹ ਸਰਕਾਰ ਨੇ ਨੀ ਕੋਈ ਗੌਰ ਕੀਤੀ ਇੱਕ ਮਹੀਨਾ ਹੋ ਗਿਆ ਇੱਕ ਤਾਂ 15 ਦਿਨ ਫਾਲਤੂ ਦਿੱਤੇ ਆਰ ਕੇ ਸਾਨੂੰ ਮਜਬੂਰੀ ਚ ਦੁਬਾਰਾ ਵਾਪਸ ਆਉਣਾ ਪਿਆ ਇਹਦਾ ਤਾਂ ਕੋਈ ਟਾਈਮ ਨਹੀਂ ਆ ਵੀ ਹੜਤਾਲ ਨਹੀਂ ਹੋ ਕਰਨੀ ਜਾਂ ਨਵੀਂ ਬਣਾਈ ਇਹ ਉਹ ਹੜਤਾਲ ਚੱਲਣੀ ਜਿਹੜੀ ਚੁੱਕੀ ਦੀ ਆ ਅਸੀਂ ਪਹਿਲੇ ਕਹੇ ਵੀ ਜੇ ਸਾਡਾ ਹੱਲ ਮਸਲਾ ਹੋ ਜਾਏਗਾ ਮਹੀਨੇ ਚ ਠੀਕ ਜੇ ਲੇਕਿਨ ਅਸੀਂ ਕੁਛ ਕਮੇਟੀਆਂ ਨਾਲ ਜਿਹੜੇ ਨਹੀਂ ਜੁੜਦੇ ਹੁੰਦੇ ਨੇ ਸਾਥ ਲੈ ਕੇ ਸਾਡੇ ਕਸ਼ਮੀਰ ਦੀ ਅਸੀਂ ਉਹ ਵੀ ਇਸ ਵਾਰੀ ਸਾਰੀਆਂ ਬੈਠੀ ਦੀਆਂ ਕਮੇਟੀਆਂ ਹੜਤਾਲ ਸਾਡੀ ਅੱਜ ਤੀਸਰਾ ਦਿਨ ਆ ਇਹ ਸਾਰਿਆਂ ਨੂੰ ਪਤਾ ਲੇਕਿਨ ਅਸੀਂ ਸੋਚਿਆ ਚਲੋ ਕੋਈ ਮਜਬੂਰੀ ਸਾਡੇ ਕਠੂਏ ਦੀ ਨਵੇਂ ਨਵੇਂ ਚੇਅਰਮੈਨ ਬਣਦੇ ਉਹਨੇ ਕਿਹਾ ਯਾਰ ਦੇਖੀ ਲਓ ਜੀ ਕੋਈ ਮਸਲਾ ਹੱਲ ਹੁੰਦਾ ਲੇਕਿਨ 2 ਦਿਨ ਚ ਵੀ ਕੋਈ ਮਸਲਾ ਨਹੀਂ ਹੱਲ ਹੋਇਆ ਕਿਉਂਕਿ ਜਿਹੜੇ 45 ਦਿਨਾਂ ਚ ਨਹੀਂ ਕੁਛ ਕਰੀ ਸਕੇ ਉਹਨਾਂ ਨੇ 2 ਦਿਨ ਚ ਕੀ ਕਰਨਾ ਹੈ ਤੇ ਲੇਕਿਨ ਹੁਣ ਮਜਬੂਰ ਸਾਰੀਆਂ ਸਾਨੂੰ ਵੀ ਸਾਥ ਦੇਣਾ ਪੈਣਾ ਜਿਹੜੀਆਂ ਕਮੇਟੀਆਂ ਸਾਡੇ ਵੀਰ ਭਰਾ ਬੈਠੇ ਦੇ ਉਹਦੇ ਤੋਂ ਪਿੱਛੇ ਨਹੀਂ ਹੋਈ ਸਾਦੇ ਕਿਉਂਕਿ ਅਸੀਂ ਆਪਣੇ ਲੀਡਰ ਜਾਂ ਅਫਸਰ ਨਹੀਂ ਦੇਖਣੇ ਅਸੀਂ ਦੇਖਣੇ ਆਪਣੇ ਭੈਣ ਭਰਾ ਜਿਨ੍ਹਾਂ ਦਾ ਢਿੱਡ ਭੁੱਖਾ ਆ ਦੇਖੋ ਇੰਨੀ ਦੇਰ ਹੋਈ ਲੀਡਰ ਅਫਸਰ ਹੀ ਦੇਖਦੇ ਆਏ ਆ ਕਿਸੇ ਨੇ ਸਾਡੀ ਰੋਟੀ ਫੜੀ ਨਾ ਬਾਹ ਫੜੀ ਦੀ ਵੀ ਲੋ ਰੋਟੀ ਖਾ ਲਓ ਤੇ ਨਾ ਕਿਸੇ ਨੇ ਅੱਜ ਤੱਕ ਸਾਡੀ ਮਦਦ ਕੀਤੀ ਦੀ ਆ ਇੱਕ 2.5 ਦਿਨ ਦੀ ਤਨਖਾਹ ਨਾਰਮਲ ਜਿਹਾ ਕੰਮ ਉਹ ਨਹੀਂ ਲਾਈ ਸਕਦੇ ਸਾਡੇ ਜਿਹੜੇ ਲੀਡਰ ਜਾਂ ਸਾਡੇ ਅਫਸਰ ਅਸੀਂ ਕਿਸੇ ਤੇ ਯਕੀਨ ਕਰਨਾ ਯਕੀਨ ਵਾਲੇ ਤੋਂ ਕੰਮ ਨਹੀਂ ਰਹੇਦਾ ਉਸ ਨੇ ਸਾਡੀ ਮਜਬੂਰੀ ਮੇਰੇ ਭਰਾ ਸ਼ਹਿਰ ਦਾ ਰਾਏ ਸੀ ਜਿੱਥੇ ਸਾਡੇ ਕੋਲ ਵੀ ਨਹੀਂ ਨਰਾਤੇ ਵੀ ਹੁੰਦਾ ਸਹਿਯੋਗ ਦਿੱਤਾ ਪਰ ਹੁੰਦਾ ਵੀ ਫਰਜ਼ ਬਣਦਾ ਵੀ ਟਾਈਮ ਹੋ ਗਿਆ ਮਹੀਨੇ ਦਾ ਉਹਨੂੰ ਆਉਣਾ ਚਾਹੀਦਾ ਲੇਕਿਨ ਉਹ ਕੋਈ ਨਹੀਂ ਆਇਆ ਦੇਖੀ ਲਿਆ ਸਾਰਿਆਂ ਕੀ ਵੀ ਕਿਹੜਾ ਕਿਹੜਾ ਭੈਣ ਭਰਾ ਸਾਡੇ ਕੰਨੇ ਆ ਕਿਹੜਾ ਸਾਡਾ ਸਾਥ ਦਿੰਦਾ ਹਾਰ ਕੇ ਸਾਨੂੰ ਆਪਣੀ ਬਰਾਦਰੀ ਦਾ ਹੀ ਸਹਿਯੋਗ ਮਿਲਿਆ ਕੋਈ ਸ਼ਹਿਰ ਦਾ ਮੇਰਾ ਭਰਾ ਨਹੀਂ ਆਇਆ ਆਨ ਕੰਟੀਨਿਊ ਰਹੇਗੀ ਸਰ ਕਿਉਂਕਿ ਹੁਣ ਦੇਖੀ ਲੈ ਚੁੱਕੀ ਤੁਸੀਂ ਵੀ ਦੇਖੀ ਰਹੇ ਆ ਹਰ ਵਾਰੀ ਮਜ਼ਾਕ ਹੁੰਦਾ 2 ਦਿਨ 3 ਦਿਨ ਕਰੀਏ 8 ਦਿਨ ਕਰਨੇ ਲੋਕੀ ਮਜ਼ਾਕ ਕਰਦੇ ਆ ਸ਼ਹਿਰ ਚ ਵੀ ਸਾਡਾ ਮਜ਼ਾਕ ਹੁੰਦਾ ਲੇਕਿਨ ਕੋਸ਼ਿਸ਼ ਹੈ ਵੀ ਇਸ ਵਾਰੀ ਜਿਹੜਾ ਮਸਲਾ ਹੱਲ ਕਰਕੇ ਸਕੇ ਚੈਨ ਚਾਪ ਲੋਕਲ ਪਾਰਟੀ ਚੇਅਰਮੈਨ ਔਰ ਮੈਂ ਮੀਡੀਆ ਕਾ ਥੈਂਕ ਯੂ ਕਰਤਾ ਹੂੰ ਸ਼ੁਕਰਗੁਜ਼ਾਰ ਹੂੰ ਕਿ ਉਹਨਾਂ ਨੇ ਆਜ ਫਿਰ ਸੇ 1.5 ਮਹੀਨੇ ਬਾਅਦ ਜੋ ਹਮਨੇ ਸਟ੍ਰਾਈਕ ਕਾ ਨੋਟਿਸ ਲਗਾਇਆ ਹੈ ਉਸਮੇ ਹਮਾਰੀ 4 ਮੁਖਿਆ ਡਿਮਾਂਡੇ ਹੈ ਇੱਕ ਤੋਂ 7 ਸਾਲ ਕਵਰ ਕਰ ਚੁੱਕੇ ਕੈਜੂਅਲ ਲੇਬਰ ਡੇਲੀ ਵੇਜਰ ਔਰ ਜੋ ਹਮਾਰੇ ਵਰਕਰ ਹੈ ਉਨਕੋ ਪਰਮਾਨੈਂਟ ਕਰਨਾ ਔਰ ਹਮਾਰੀ ਜੋ ਪੈਂਡਿੰਗ ਪੋਸਟ ਹੈ 2014 ਸੇ ਜੋ ਪੈਂਡਿੰਗ ਪੜੀ ਹੋਈ ਹੈ ਜਿਨਕਾ ਫਾਈਨੈਂਸ ਵੀ ਹੋ ਚੁੱਕਾ ਹੈ ਲੇਕਿਨ ਵੋ ਆਜ ਤੱਕ ਹਮੇ ਨਹੀਂ ਮਿਲੀ ਇੱਕ ਤੋਂ ਵੋ ਡਿਮਾਂਡ ਹੈ ਦੂਸਰੀ ਔਰ ਤੀਸਰੀ ਹਮਾਰੀ ਡਿਮਾਂਡ ਹੈ ਕਿ 2.5 ਦਿਨ ਕੀ ਸੈਲਰੀ ਜੋ ਹਮੇ ਸੈਲਰੀ ਕੇ ਜੋ ਮੰਥਲੀ ਸੈਲਰੀ ਮਿਲਤੀ ਹੈ ਉਸਕੇ ਸਾਥ ਲੱਗ ਕੇ ਮਿਲੇ ਔਰ ਚੌਥੀ ਹਮਾਰੀ ਡਿਮਾਂਡ ਹੈ ਲਾਸਟ ਕੀ ਓਲਡ ਪੈਨਸ਼ਨ ਸਕੀਮ ਜੈਸੇ ਪੰਜਾਬ ਮੇ ਉਨ੍ਹੋਨੇ ਬੋਲਾ ਹੈ ਅਨਾਊਂਸ ਕੀਆ ਹੈ ਸੀਐਮ ਸਾਹਿਬ ਨੇ ਯਹਾਂ ਪੇ ਵੀ ਇੰਪਲੀਮੈਂਟ ਹੋ ਓਲਡ ਪੈਨਸ਼ਨ ਸਕੀਮ ਜੋ ਲਾਗੂ ਹੋ तो इसी को मद्देनजर रखते हुए हमने लास्ट जो हमारी सितंबर में स्ट्राइक थी वो हमने पोस्टपोन की थी क्योंकि प्रिंसिपल सेक्रेटरी साहब ने हमें 1 महीने का टाइम दिया था अभी हम जब भी जाते हैं तो हमें ये पता चलता है कि हमारी जो फाइल है चीफ सेक्रेटरी के टेबल पर है लेकिन 1.5 महीना हो गया उस फाइल को वहीं पे धूल पड़ी हुई है उस फाइल के ऊपर कोई हिला नहीं रहा कोई साइन नहीं कर रहा लेकिन हमें आश्वासन के ऊपर आश्वासन मिल रहे हैं कि हमारी जो फाइल है वो चीफ सेक्रेटरी तक पहुंच गई है लेकिन 1.5 महीने तक उसमें कोई वो काम नहीं हुआ है तो मजबूरन हमें 1.5 महीने के बाद जो आज हमें काम बंद करना पड़ेगा और हमारी जो कश्मीर वैली है और हमारी जम्मू प्रोविंस है ये सारे इकट्ठे स्ट्राइक पर जा रहे हैं 22 की स्ट्राइक शुरू हो चुकी है लेकिन कठुआ डिस्ट्रिक्ट में आज से दूसरे टाइम में हम काम जो है बंद कर देंगे तो मजबूरन हम स्ट्राइक करेंगे हमें कोई शौक नहीं है स्ट्राइक करने का लेकिन हमारे जो काम है हमारे डेली वेजर वर्कर है 9,000 में कैसे अपना गुजारा करते हैं ये सभी को पता है और मीडिया पूरी तरीके से जानता है कि हमारे लोग कितने परेशान है डेली वेजर्स कितना परेशान है चाहे वो PHE का हो चाहे वो PDD का हो चाहे वो किसी और डिपार्टमेंट का हो लेकिन इस सरकार को ये अंधी बहरी है इनको कुछ भी दिखाई नहीं देता और कुछ भी सुनाई नहीं देता लेकिन इस बार हमने इनको सुनाना भी है और दिखाना भी है।